ਅਵਾਰਾ ਪਸ਼ੂਆਂ ਦੀ ਵੱਧ ਰਹੀ ਜਨਸੰਖਿਆ ਆਮ ਜਨਤਾ ਦੇ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ। ਆਏ ਦਿਨ ਹੀ ਕਈ ਸੜਕੀ ਹਾਦਸੇ ਵਾਪਰਦੇ ਨੇ ਅਤੇ ਇਹਨਾਂ ਹਾਦਸਿਆਂ ਦੇ ਵਿੱਚ ਅਵਾਰਾ ਜਾਨਵਰ ਵੀ ਸ਼ਿਕਾਰ ਹੁੰਦੇ ਨੇ। ਦੱਸਣਯੋਗ ਹੈ ਕਿ ਇਸੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਪਹਿਲਾਂ ਵੀ ਪ੍ਰਸ਼ਾਸਨ ਨੂੰ ਇਸ ਸੰਬੰਧੀ ਪੱਤਰ ਦਿੱਤਾ ਸੀ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ 17 ਤਰੀਕ ਤੱਕ ਅਵਾਰਾ ਪਸ਼ੂਆਂ ਦਾ ਕੋਈ ਹੱਲ ਕੀਤਾ ਜਾਵੇ, ਪਰ ਪ੍ਰਸ਼ਾਸਨ ਦੇ ਵੱਲੋਂ ਇਸ ਮੰਗ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਹੁਣ ਮਜਬੂਰੀ ਦੇ ਵਿੱਚ ਯੂਨੀਅਨ ਦੇ ਨਾਲ ਜਲੰਧਰ ਦੇ ਪ੍ਰਤਾਪਪੁਰਾ ਦੀ ਦਾਣਾ ਮੰਡੀ ਦੇ ਵਿੱਚ ਸਾਰੇ ਇਕੱਠੇ ਹੋਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਥੋੜੀ ਦੇਰ ਬਾਅਦ ਹੀ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਇਹਨਾਂ ਪਸ਼ੂਆਂ ਨੂੰ ਛੱਡ ਆਉਣਗੇ। ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਪਰਦੋਨਾ, ਅਸੀਂ 14 ਤਰੀਕ ਨੂੰ ਡੀਸੀ ਸਾਹਿਬ ਦੇ ਨੋਟਿਸ ਦਿੱਤਾ ਸੀਗਾ ਵੀ ਅਵਾਰਾ ਪਸ਼ੂਆਂ ਦਾ ਤੁਸੀਂ ਪ੍ਰਬੰਧ ਕਰੋ ਕਿ ਸਰਕਾਰ ਟੈਕਸ ਲੈਂਦੀ ਆ, ਕਰੋੜਾਂ ਰੁਪਈਆ ਟੈਕਸ ਇਕੱਠਾ ਕਰ ਰਹੀ ਆ, ਜੇ ਤੁਸੀਂ 17 ਤਰੀਕ ਤੱਕ ਪ੍ਰਬੰਧ ਨਾ ਕੀਤਾ ਅਸੀਂ ਜ਼ਿਲ੍ਹੇ ਜਲੰਧਰ ਦੇ ਅਵਾਰਾ ਪਸ਼ੂ ਇਕੱਠੇ ਕਰਕੇ ਅਤੇ ਡੀਸੀ ਆਫਿਸ ਛੱਡਾਂਗੇ। ਪਸ਼ੂ ਜ਼ਿਮੀਦਾਰ ਦਾ, ਕਿਸਾਨ ਦਾ ਬਹੁਤ ਨੁਕਸਾਨ ਕਰ ਰਹੇ ਆ, ਜਿਹਦੀ ਅੱਜ ਫਸਲ ਖਾ ਲਈ ਉਹਦਾ ਖੱਤਾ ਵਿਹਲਾ ਹੋ ਗਿਆ, ਉਹਨੂੰ ਇੱਕ ਦਾਣਾ ਵੀ ਨਹੀਂ ਮਿਲਣਾ ਫਸਲ ਦਾ। ਦੂਸਰਾ, ਅਵਾਰਾ ਪਸ਼ੂਆਂ ਦੇ ਰੋਡ 'ਤੇ ਐਕਸੀਡੈਂਟ ਬਹੁਤ ਹੋ ਰਹੇ ਆ, ਕਿਸੇ ਬੱਚਿਆਂ ਦਾ ਪਿਤਾ ਜੀ ਗੁਜ਼ਰ ਜਾਂਦਾ, ਕਿਸੇ ਭੈਣ ਦਾ ਭਰਾ ਗੁਜ਼ਰਦਾ, ਕਿਸੇ ਪਤਨੀ ਦਾ ਆਦਮੀ ਸਿਰ ਦਾ ਸਾਈਂ ਗੁਜ਼ਰਦਾ। ਉਹਨਾਂ ਪਰਿਵਾਰਾਂ ਨੂੰ ਪੁੱਛਿਆ ਜਾਣਾ ਕਿ ਉਹਦੀ ਸਰਕਾਰ ਉਹਨਾਂ ਨੂੰ ਕੋਈ ਪੈਸਾ ਨਹੀਂ ਦੇ ਰਹੀ, ਕੁਛ ਉਹਨਾਂ ਦੀ ਸੁਣਾਈ ਨਹੀਂ ਕਰ ਰਹੀ, ਅਤੇ ਕਿਸਾਨਾਂ ਨੇ ਵੀ ਇਸ ਇਕੱਠੇ ਹੋ ਕੇ ਅੱਜ 18 ਤਰੀਕ ਨੂੰ ਪ੍ਰਤਾਪਪੁਰਾ ਦਾਣਾ ਮੰਡੀ ਦੇ ਵਿੱਚ ਅਵਾਰਾ ਪਸ਼ੂ ਜਿੰਨੇ ਜਲੰਧਰ ਜ਼ਿਲ੍ਹੇ ਦੇ ਆ ਇਕੱਠੇ ਕੀਤੇ ਆ, ਇਕੱਠੇ ਕਰਕੇ ਹੁਣ ਜੇ ਤਾਂ ਕੋਈ ਪ੍ਰਸ਼ਾਸਨ ਨੇ ਸਾਡਾ ਹੱਲ ਕੀਤਾ ਤਾਂ ਠੀਕ ਆ, ਨਹੀਂ ਤਾਂ ਅਸੀਂ ਉਹਨੂੰ ਡੀਸੀ ਆਫਿਸ ਜਾ ਕੇ ਛੱਡੇ ਜਾਣਗੇ। ਅਸੀਂ ਇਹਦਾ ਜੇ ਅੱਗੇ ਜਾਣ ਤੋਂ ਸਾਨੂੰ ਰੋਕਿਆ ਤਾਂ ਗ੍ਰਿਫਤਾਰੀਆਂ ਵੀ ਦੇਵਾਂਗੇ ਅਤੇ ਧਰਨੇ ਵੀ ਉੱਥੇ ਲਾਵਾਂਗੇ, ਭਾਵੇਂ ਸਾਨੂੰ ਦੱਸ ਦਿਨ ਦਾ ਧਰਨਾ ਲਾਉਣਾ ਲਾਜ਼ਮੀ, ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਜਿਹੜੀਆਂ ਟਰਾਲੀਆਂ ਲਿਆਉਂਦੀਆਂ ਭਰ ਕੇ ਇਹਨਾਂ ਪਸ਼ੂਆਂ ਦਾ ਕੋਈ ਪ੍ਰਬੰਧ ਨਾ ਕੀਤਾ। ਜ਼ਿਕਰੇ ਖਾਸ ਹੈ ਕਿ ਪ੍ਰਤਾਪਪੁਰਾ ਦੀ ਦਾਣਾ ਮੰਡੀ ਦੇ ਵਿਖੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਵੱਲੋਂ ਅਵਾਰਾ ਪਸ਼ੂਆਂ ਨੂੰ ਭਾਰੀ ਸੰਖਿਆ ਦੇ ਵਿੱਚ ਟਰਾਲੀਆਂ 'ਚ ਭਰ ਕੇ ਲਿਆਂਦਾ ਗਿਆ ਹੈ, ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਹੁਣ ਅੱਗੇ ਕਾਰਵਾਈ ਕੀਤੀ ਜਾਵੇਗੀ। ਇਹ ਦੇਖੋ ਜਿਹੜੀ ਸਮੱਸਿਆ ਹੈਗੀ ਪੂਰੇ ਸਮਾਜ ਦੀ ਸਮੱਸਿਆ, ਅਸੀਂ ਉਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਜਿਹੜੇ ਲੋਕ ਕੁਛ ਇੱਦਾਂ ਦੇ ਵੀ ਹੈਗੇ ਜਿਹੜੇ ਆਪਣੀਆਂ ਮਤਲਬ ਜਦੋਂ ਪਹਿਲਾਂ ਦੁੱਧ ਵਗੈਰਾ ਦਿੰਦੇ ਪਸ਼ੂ, ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਬੰਦ ਕਰ ਦਿੰਦੇ ਉਦੋਂ ਛੱਡ ਦਿੰਦੇ ਆ, ਪਰ ਇਹ ਵੀ ਦੇਖਣਾ ਚਾਹੀਦਾ ਕਿ ਜੇ ਉਹਨਾਂ ਨੇ ਪਹਿਲਾਂ ਇੰਨਾ ਜ਼ਿਆਦਾ ਉਹਨਾਂ ਨੇ ਕੀਤਾ ਤੁਹਾਡੀ ਸੇਵਾ ਕੀਤੀ ਹੈ ਜਾਂ ਸਾਡੀ ਹੈਲਪ ਕੀਤੀ ਹੈ, ਅਤੇ ਸਾਡੀ ਵੀ ਡਿਊਟੀ ਬਣਦੀ ਹੈ ਕਿ ਉਹਦੇ ਨਾਲ ਅਸੀਂ ਵੀ ਉਹਨਾਂ ਦੀ ਸਾਂਭ ਸੰਭਾਲ ਕਰੀਏ। ਇਕੱਲੇ ਸਰਕਾਰ ਜਾਂ ਪ੍ਰਸ਼ਾਸਨ ਦਾ ਹੀ ਨਹੀਂ, ਇਹ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈਗੀ ਆ। ਇਹੀ ਇਹਨਾਂ ਨੂੰ ਗੱਲ ਅਸੀਂ ਸਾਰਿਆਂ ਨੂੰ ਸਮਝਾ ਰਹੇ ਹਾਂ, ਅਸੀਂ ਗੱਲਬਾਤ ਕਰ ਰਹੇ ਹਾਂ, ਕੋਈ ਨਾ ਕੋਈ ਸਮੱਸਿਆ ਦਾ, ਹਰ ਸਮੱਸਿਆ ਦਾ ਹੱਲ ਹੁੰਦਾ। ਹੁਣ ਵੀ ਦੇ ਜੋ ਇਹਨਾਂ ਨੇ ਆਵਾਜ਼ ਉਠਾਉਣੀ ਉਹ ਤਾਂ ਹੁਣ ਦੇਖੋ ਤੁਹਾਡੇ ਪ੍ਰੈਸ ਰਾਹੀਂ ਜਾਂ ਬਾਕੀ ਵੀ ਜਿਹੜੇ ਸਾਰਿਆਂ ਤੱਕ ਪਹੁੰਚ ਰਹੀ ਹੈ। ਇਸ ਗੱਲ ਲਈ ਸਾਰੇ ਜਣੇ ਅਸੀਂ ਤਤਪਰ ਹੈਗੇ ਹਾਂ ਕਿ ਸਮੱਸਿਆ ਦਾ ਹੱਲ ਕੱਢੀਏ। ਪੰਜਾਬ ਗੌਰਮੈਂਟ ਵੱਲੋਂ ਵੀ ਕਈ ਥਾਵਾਂ 'ਤੇ ਜਿਹੜੀਆਂ ਗਊਸ਼ਾਲਾ ਜਿਹੜੀਆਂ ਖੋਲ੍ਹੀਆਂ ਗਈਆਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਨੀ ਕਪੈਸਿਟੀ ਨਹੀਂ ਹੈਗੀ ਜਿੰਨੀ ਮਤਲਬ ਆਪਾਂ ਕਰ ਸਕਦੇ, ਪਰ ਜੇ ਸਾਰੀਆਂ ਜਿਹੜੀਆਂ ਸਵੈਮ ਸੇਵੀ ਸੰਸਥਾਵਾਂ NGO ਵਗੈਰਾ ਹੈ ਜਾਂ ਬਾਕੀ ਵੀ ਜਿਹੜੇ ਮਿਲ ਕੇ ਹਮਲਾ ਮਾਰਨ ਤਾਂ ਸਮੱਸਿਆ ਦਾ ਹੱਲ ਹੋ ਜਾਊ। ਜ਼ਿਕਰੇ ਖਾਸ ਹੈ ਕਿ ਇਸ ਮੌਕੇ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਅੱਜ ਮੁੜ ਤੋਂ ਪ੍ਰਸ਼ਾਸਨ ਦੇ ਲਾਰਿਆਂ ਦੇ ਵਿੱਚ ਨਹੀਂ ਆਉਣਗੇ ਅਤੇ ਜਲੰਧਰ ਡੀਸੀ ਦਫ਼ਤਰ ਦੇ ਬਾਅਦ ਇਹਨਾਂ ਪਸ਼ੂਆਂ ਨੂੰ ਛੱਡ ਕੇ ਜਾਣਗੇ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।